ਪਾਪੀ ਟਾਈਮ ਹੀ ਬਹੁਤ ਲਾਤਾ ਗੇਟ ਖੋਲਣ ਚ ਉਹ ਮੈਂ ਨਾ ਚਲ ਛੱਡੋ ਤਾਂ ਜੱਸਾ ਕਿੱਥੇ ਹੈ ਉਹ ਤਾਂ ਹੈ ਨਹੀਂ ਘਰੇ ਤੂੰ ਬਾਹਰ ਕਿਉਂ ਖੜਾ ਅੰਦਰ ਆ ਜਾ ਚਲ ਕੋਈ ਨਾ ਉਹ ਤਾਂ ਭਾਬੀ ਉਹ ਸਵੇਰ ਦਾ ਫੋਨ ਵੀ ਨਹੀਂ ਚੱਕਦਾ ਮੈਂ ਸਵੇਰ ਦਾ ਫੋਨ ਲਈ ਜਾਂਦਾ ਉਹਨੂੰ ਉਹਨਾਂ ਦੀ ਨਾ ਫੋਨ ਦੀ ਬੈਟਰੀ ਲੋ ਹੋਣੀ ਤਾਂ ਹੀ ਨਹੀਂ ਫੋਨ ਚੱਕ ਰਹੇ ਹੋਣੇ ਜਾਂ ਬੰਦ ਆ ਗਿਆ ਹੁਣ ਬੰਦ ਆ ਰਹੇ ਸੀ ਹਾਂ ਬੰਦ ਹੀ ਆਈ ਜਾਂਦਾ ਫਿਰ ਬੈਟਰੀ ਲੋ ਆਣਾ ਦੀ ਚਲ ਮੈਨੂੰ ਤਾਂ ਉਸੇ ਤੱਕ ਕੰਮ ਦੀ ਕਦੋਂ ਕਹੂਗਾ ਉਹ ਤਾਂ ਸ਼ਾਮ ਨੂੰ ਆਉਣਗੇ ਸ਼ਾਮ ਨੂੰ ਫਿਰ ਤੂੰ ਐਂ ਕਰੀ ਭਾਬੀ ਜਦੋਂ ਆਇਆ ਨਾ ਉਹਨੂੰ ਸੁਨੇਹਾ ਲਾਈ ਕਹਿੰਦੇ ਹੈਰੀ ਦਾ ਫੋਨ ਆਇਆ ਸੀ ਹਾਂ ਕੋਈ ਨਹੀਂ ਜਦੋਂ ਮੈਨੂੰ ਫੋਨ ਆਇਆ ਨਾ ਉਹਨਾਂ ਦਾ ਮੈਂ ਤੇਰਾ ਸੁਨੇਹਾ ਲਾ ਦਾਂਗੀ ਹਾਂ ਕਹਿਦੀ ਨਾਲ ਕਹਿਦੀ ਘਰੇ ਆ ਕੇ ਗਿਆ ਸੀਗਾ ਚਲ ਠੀਕ ਹੈ ਠੀਕ ਆ ਡਰਾਈ ਦਿੱਤਾ ਸੀ ਕੌਣ ਆਇਆ ਸੀ ਉਹ ਤਾਂ ਜਸ ਦਾ ਦੋਸਤ ਆਇਆ ਸੀ ਹੈਰੀ ਮੈਂ ਤਾਂ ਡਰ ਹੀ ਗਿਆ ਸੀ ਉਹ ਤਾਂ ਉਹਨਾਂ ਦਾ ਫੋਨ ਨਹੀਂ ਲੱਗਦਾ ਪਿਆ ਸੀ ਤਾਂ ਆਇਆ ਸੀ ਕੋਈ ਕੰਮ ਸੀ ਉਹਨਾਂ ਨੂੰ ਚੱਲ ਤੂੰ ਇੰਨਾ ਟੈਨਸ਼ਨ ਲਈ ਆ ਕਿਤੇ ਨਹੀਂ ਕੁਛ ਹੁੰਦਾ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ ਹੁਣ ਤਾਂ ਨਹੀਂ ਕੋਈ ਆਉਂਦਾ ਓਹੋ ਹੁਣ ਕੀ ਨਹੀਂ ਆਉਣਾ ਤੂੰ ਵੀ ਹੱਦ ਹੀ ਕਰਦਾ ਆ ਜਸ ਉਹ ਤਾਂ ਗਏ ਹੋਏ ਨੇ ਤੈਨੂੰ ਪਤਾ ਤਾਂ ਹੈ ਬੈਠ ਮੈਂ ਚਾਹ ਬਣਾਉਣੀ ਆ ਯਾਰ ਸੁਣਦੀ ਨਹੀਂ ਹੈਗੀ ਤਾਂ ਗੇਟ ਹੀ ਨਹੀਂ ਖੋਲਦੀ ਇੰਨਾ ਟਾਈਮ ਹੋ ਗਿਆ ਗੇਟ ਕੋਲ ਖੜੇ ਨੂੰ ਫੋਨ ਲਾਵਾਂ ਹੈਲੋ ਉਹ ਯਾਰ ਘੰਟਾ ਹੋ ਗਿਆ ਗੇਟ ਕੋਲ ਖੜੇ ਨੂੰ ਤੈਨੂੰ ਖੜਕਾ ਨਹੀਂ ਸੁਣਦਾ ਹੈਗਾ ਆਇਆ ਸ਼ੇਰ ਜੀ ਆ ਥੱਲੇ ਖੋਲ ਗੇਟ ਉਹ ਕਿੱਥੇ ਸੀ ਤੂੰ ਇੰਨਾ ਟਾਈਮ ਹੋ ਗਿਆ ਯਾਰ ਮੈਨੂੰ ਗੇਟ 'ਚ ਖੜੇ ਨੂੰ ਤੈਨੂੰ ਸੁਣਦਾ ਨਹੀਂ ਹੈਗਾ ਉਹ ਜੀ ਮੈਂ ਅੰਦਰ ਕੀ ਕਰਦੀ ਤਾਂ ਇੰਨਾ ਟਾਈਮ ਹੋ ਗਿਆ ਕੰਮ ਕਰੀ ਜਾਂਦੀ ਸੀ ਮੈਂ ਕਿਹੜਾ ਕੰਮ ਹੈ ਤੇਰਾ ਇਹ ਜਿਹਾ ਅੱਜ ਤਾਂ ਗਏ ਸੱਚ ਤਾਂ ਸਾਹਮਣੇ ਆਊਗਾ ਅੱਜ ਜੀ ਜੀ ਮੇਰੀ ਗੱਲ ਤਾਂ ਸੁਣੋ ਹੋਇਆ ਕੀ ਹੈ ਗੱਲ ਤਾਂ ਦੱਸ ਦੋ ਭੱਜੀ ਕਿਉਂ ਫਿਰਦੇ ਹੋ ਜੀ ਗੱਲ ਤਾਂ ਦੱਸ ਦੋ ਜੀ ਮੇਰੀ ਗੱਲ ਤਾਂ ਸੁਣੋ ਹਾਂ ਗੱਲ ਕੀ ਹੋਈ ਹੈ ਉਹ ਗੱਲ ਕੀ ਹੋਣੀ ਹੈ ਯਾਰ ਮੈਂ ਬਾਹਰੇ ਗਿਆ ਜਦੋਂ ਗੱਡੀ ਲੈ ਕੇ ਮੈਨੂੰ ਤਾਂ ਯਾਦ ਆਇਆ ਵੀ ਮੈਂ ਪਰਸ ਤਾਂ ਘਰੇ ਭੁੱਲ ਗਿਆ ਓਹੋ ਪਰਸ ਲੈਣ ਆਇਆ ਫਿਰ ਤੁਸੀਂ ਟੈਨਸ਼ਨ ਕਾਹਦੀ ਲਈ ਹੈ ਤੁਸੀਂ ਰੁਕੋ ਮੈਂ ਲਿਆ ਕੇ ਉਹ ਮੈਂ ਲਿਆਉਣਾ ਯਾਰ ਇੱਕ ਮਿੰਟ ਯਾਰ ਖੜ ਤਾਂ ਜਾਓ ਜੀ ਕੀ ਲੱਭੀ ਹੁੰਦੇ ਹੋ ਓਏ ਪੈਸੇ ਲੱਭਦਾ ਸੀਗਾ ਉਹ ਜਿਹੜੇ ਤੈਨੂੰ ਨਹੀਂ ਫੜਾਏ ਸੀ ਪੈਸੇ ਉਹ ਇੱਥੇ ਅਲਮਾਰੀ 'ਚ ਪਏ ਨੇ ਨਹੀਂ ਨਹੀਂ ਉਹ ਤਾਂ ਮੇਰੀ ਅਲਮਾਰੀ 'ਚ ਹੈ ਲੈ ਦੇ ਫਿਰ ਕੱਢ ਕੇ ਛੇਤੀ ਯਾਰ ਹੈਲੋ ਹੁਣ ਕੀ ਲੱਭਦੇ ਹੋ ਓਏ ਲਾਇਸੈਂਸ ਵੀ ਉਰੀ ਭੁੱਲ ਗਿਆ ਜੀ ਘਰੇ ਮੈਂ ਲਾਇਸੈਂਸ ਗੱਡੀ ਦਾ ਉਹ ਸੱਚ ਹੈਰੀ ਆਇਆ ਸੀਗਾ ਘਰੇ ਕੀ ਕਹਿੰਦੀ ਕਹਿਣਾ ਕੀ ਉਹਨੇ ਉਹ ਤਾਂ ਕਹਿੰਦਾ ਵੀ ਬਾਈ ਦਾ ਫੋਨ ਕਾਹਤੋਂ ਨਹੀਂ ਲੱਗਦਾ ਹੈਗਾ ਮੈਂ ਕਿਹਾ ਫਿਰ ਤੁਹਾਡਾ ਫੋਨ ਸਵਿਚ ਆਫ ਆਈ ਜਾਂਦਾ ਸੀਗਾ ਬੈਟਰੀ ਲੋ ਹੋਣੀ ਹੋਰ ਕੀ ਉਹ ਗੱਡੀ ਚਾਰਜ ਨਹੀਂ ਲੱਗਦਾ ਤਾਂ ਕਰਕੇ ਬੰਦ ਹੋ ਗਿਆ ਫੋਨ ਐ ਨਾ ਕਰਿਆ ਕਰੋ ਮੈਨੂੰ ਵੀ ਫਿਕਰ ਹੋ ਜਾਂਦੀ ਆ ਚਲ ਕੋਈ ਨਾ ਮੈਂ ਫੋਨ ਲਾ ਲੂੰਗਾ ਨਾ ਸ਼ਾਮ ਜੀ ਨੂੰ ਠੀਕ ਆ ਹੋਰ ਤਾਂ ਨਹੀਂ ਕੁਛ ਰਹਿੰਦਾ ਨਾ ਮੈਂ ਜਾਣਾ ਚੰਗਾ ਧਿਆਨ ਨਾਲ ਜਾਇਓ ਸ਼ੁਕਰ ਹੈ ਮਾਲਕਾ ਬਚ ਗਈ ਗੁਰਵਿੰਦਰ ਕਿੱਥੇ ਗਿਆ ਇਸ ਕਮਰੇ 'ਚ ਤਾਂ ਹੈ ਨਹੀਂ ਅੱਜ ਤਾਂ ਤੂੰ ਮਰਵਾਈ ਦੇਣਾ ਸੀ ਮੈਨੂੰ ਉਹ ਹੋਰ ਮੈਂ ਕੀ ਕਰਦਾ ਮੈਨੂੰ ਕੀ ਪਤਾ ਸੀ ਵੀ ਉਹ ਅਚਾਨਕ ਹੀ ਆ ਜਾਊਗਾ ਅੱਜ ਤਾਂ ਆਪਾਂ ਬਚ ਗਏ ਅੱਗੇ ਦਾ ਪਤਾ ਨਹੀਂ ਕੀ ਬਣੂਗਾ ਮੈਨੂੰ ਤਾਂ ਇਹ ਡਰ ਹੈ ਕਿਤੇ ਫੇਰ ਨਾ ਮੁੜ ਕੇ ਆ ਜੇ ਉਹ ਜੇ ਆ ਗਿਆ ਤਾਂ ਮੈਂ ਤਾਂ ਕਹਿੰਦਾ ਸਾਰਾ ਕੁਛ ਸੱਚ ਦੱਸ ਹੀ ਦੇਣਾ ਹੋਰ ਕਿੰਨਾ ਕੁ ਚਿਰ ਲੁਕਾਵਾਂਗੇ ਤੇਰਾ ਦਿਮਾਗ ਤਾਂ ਠੀਕ ਹੈ ਉਹਨਾਂ ਨੂੰ ਕੋਈ ਗੱਲ ਨਹੀਂ ਦੱਸਣੀ ਹੈਗੀ
यार एक ना एक दिन तो उन्होंने पता लगूगा, वो तो चंगा था पाप ही दस दी। तेनू पता ही है दस दस बार किन्ना कब्बा है, तू भी किड़ी गल करदा है, आज दा दिन तो तू रह, कल दी कल वेखी जाऊगी। चल ठीक है। गुरविंदर गुरविंदर उठ जा हुण। हाँ की होया? होना की है तेनू पता है, जस केड़े भी वेले आ सकदा, एवें कोई होर गल हो जूगी, तू जा हुण तमाशा बन जूगा। चलो तो ठीक है, फिर मैनू चाह तो लिया दे तू। चाह मैं लिया दनी है। हाँ चल ठीक है, मैं बाहर ही आऊंगा। चंगा। आ गई तुसी? हाँ जी आ गए। तुसी बैठो, मैं पानी लेके आऊंगी। ठीक। अलो पानी ले आओ जी। की मेरे आ फिर शगन? शगन बढ़िया हो गया। चलो वधिया गल है। मैं तुम्हें ऐ कहना सीगा, मां हुण मैं खेत जाके आऊंगा, वो मक्की वाला बाण है जेड़ा, हां हां वो सेट जा करनागा, मक्की बजावांगे। अच्छा फिर मेरी गल सुनो, तुसी रोटी खा के तो चल जांदे, कुछ खादा तो है नहीं स्वेर दा। ओए उत्थे खा के आया सीगा मैं, उन्होंने रोटी खवा के तोरिया मैनू। चलो ठीक है, जिवें थोड़ी मर्जी, मैं तो ऐ सोचा सी नले आराम कर लेंदे नले रोटी पानी खा लेंदे। वो चल कोई गल नहीं, फिर आके खा लूंगा मैं। हुण उन्हें फोन किया सी ट्रैक्टर वाले ने, वो कहना मैं आ गया खेत, कहना तू आ जा। चलो कोई ना, फिर जाओ टाइम सिर आ जाओ। हाँ नाले मैं तुम्हें कहना सीगा वो गड्डी समान जो पिया कट ली। चंगा चंगा मैं कट लूंगी। हाँ चल ठीक है, मैं भी जाना। चंगा। फिर मक्की बीज दांगे। एक तो फोन ही जगदा यार, मक्की यार बजाउणी दी, हुण की करा मक्की मैं भी बीजणी दी, फिर आपां इकट्ठी बीज बजा लांगे उसे दी। फिर होर कदों बीजेगा तू, फिर तो बत्त लंघ जू, तू हूँ ही कर फोन नाले, फिर आपां इकट्ठी बजा लांगे कि नहीं। हाँ तू ऐ करी मैनू व्हाट्सएप ते नंबर भेज दी उहदा, मैं उहदे नाल गल कर लूँ, आपां एक दिन इकट्ठी बजा लांगे। ठीक है फिर। होर आ चार पाँच दिन मैं भी रिश्तेदार च गया होया सीगा यार। अच्छा। टाइम नहीं लगा हैगा, होर एक तां भूआ दी कुड़ी दा सगन जा पिया हैगा। देखे ही नहीं है तू। होर चल तू ऐ कर, उधर कर दे सैट सारा, मैं कोठे कोल बैठा। ठीक है ठीक है ठीक। चंगा। ਉਹ ਮੈਂ ਕੀ ਕਰਦਾ ਹੁਣ, ਜਦ ਤੂੰ ਮੈਨੂੰ ਪਹਿਲਾਂ ਫੋਨ ਕਰਨਾ ਸੀਗਾ। ਚੱਲ ਤੂੰ ਸਵੇਰੇ ਆ ਜਾਈ ਬਾਈ ਬਣ ਕੇ ਯਾਰ, ਅੱਜ ਤਾਂ ਜਿਹੜਾ ਕੁਛ ਹੋਣਾ ਚਾਹੀਦਾ ਹੋ ਗਿਆ। ਚੰਗਾ ਹੋਰ ਸਵੇਰੇ ਕਰ ਦਾਂਗੇ ਯਾਰ, ਕੰਪਨੀ ਨਿਬੇੜ ਦਾਂਗੇ। ਚੱਲ ਠੀਕ ਹੈ। ਚੰਗਾ ਆ ਗਏ ਤੁਸੀਂ, ਚਾਹ ਬਣਾ ਕੇ ਲਿਆਵਾਂ? ਬਣਾ ਲਿਆ ਕੁੱਟ। ਆਹ ਕਿਹਦੀ ਹੈ ਘੜੀ ਜੀ? ਆਹ ਘੜੀ ਆ ਤਾਂ ਉਹ ਤੇਜੀ ਦਾ ਮੁੰਡਾ ਆਇਆ ਸੀ ਘਰੇ, ਉਹ ਖੇਡਣ ਲੱਗ ਗਿਆ, ਖੇਡਦੇ ਖੇਡਦੇ ਇੱਥੇ ਹੀ ਭੁੱਲ ਗਿਆ ਘੜੀ ਆਪਣੀ। ਇਹ ਤੇਜੀ ਦੇ ਮੁੰਡੇ ਦੀ ਘੜੀ ਹੈ? ਲੱਗਦੀ ਤਾਂ ਹੈ ਨਹੀਂ, ਇਹ ਤਾਂ ਵੱਡੇ ਬੰਦੇ ਦੀ ਘੜੀ ਹੈ। ਹਾਂ ਇਹ ਸੱਚ, ਤੁਹਾਨੂੰ ਪਤਾ ਤਾਂ ਹੈ ਜਵਾਕ ਅੱਜ ਕੱਲ੍ਹ ਦੇ ਕਿੰਨੇ ਸ਼ਰਾਰਤੀ ਹੁੰਦੇ ਨੇ, ਘਰ ਦੇ ਚ ਕਿਸੇ ਦੀ ਲਿਆਇਆ ਹੋਣਾ ਇੱਥੇ, ਬਸ ਉਹੀ ਭੁੱਲ ਗਿਆ ਇਹ। ਚਲ ਠੀਕ ਹੈ ਚੰਗਾ, ਜਾ ਬਣਾ ਲਿਆ। हेलो जी, चाओ मासी दा फोन। हेलो। हाँ मासी किवें हो? मैं भी वधिया, तुसी दसो। अच्छा हाय मैं मर जा, सानू तो कुछ दसे ही नहीं तुसी मासी जी, किवें हुण ठीक हो तुसी मासी जी?
ਜੇ ਸਾਨੂੰ ਪਤਾ ਹੁੰਦਾ ਅਸੀਂ ਤਾਂ ਕਦੋਂ ਦੇ ਭੱਜੇ ਆ ਜਾਂਦੇ। ਕੋਈ ਗੱਲ ਨਹੀਂ, ਅਸੀਂ ਇੱਕ ਅੱਧੇ ਦਿਨ ਤੱਕ ਜ਼ਰੂਰ ਆਵਾਂਗੇ। ਮਾਸੀ ਜੀ ਕੀ ਪਤਾ ਹੁੰਦਾ ਮਾੜੇ ਟਾਈਮ ਦਾ ਕਦੋਂ ਆ ਜਾਵੇ। ਚਲੋ ਕੋਈ ਨਾ, ਤੁਸੀਂ ਨਾ ਆਰਾਮ ਕਰ ਲਿਓ ਅਤੇ ਦਵਾਈ ਟਾਈਮ ਸਿਰ ਲੈਂਦੇ ਰਿਹੋ। ਹਾਂਜੀ ਹਾਂਜੀ ਕੋਈ ਗੱਲ ਨਹੀਂ, ਅਸੀਂ ਮਾਰ ਕੇ ਜਾਵਾਂਗੇ ਇੱਕ ਅੱਧੇ ਦਿਨ ਤੱਕ ਗੇੜਾ। ਠੀਕ ਹੈ। ਉਹ ਕੀ ਗੱਲ ਹੋ ਗਈ? ਹੋਣਾ ਕੀ ਹੈ, ਮਾਸੀ ਦੀ ਬਾਂਹ ਟੁੱਟ ਗਈ, ਮੱਝ ਨੇ ਲੱਤ ਮਾਰੀ, ਸਾਨੂੰ ਤਾਂ ਕਿਸੇ ਨੇ ਦੱਸਿਆ ਵੀ ਨਹੀਂ ਕੁਛ। ਇਹ ਤਾਂ ਬਹੁਤ ਮਾੜਾ ਕੰਮ ਹੋਇਆ ਫਿਰ, ਉਹਨਾਂ ਦੇ ਬੁੱਢੇ ਸਰੀਰ ਨੇ, ਆਹ ਕਿੱਥੇ ਹੁਣ ਹੱਡ ਚੱਲਦੇ ਨੇ। ਉਹੀ ਤਾਂ ਗੱਲ ਹੈ। ਚਲੋ ਕੋਈ ਨਹੀਂ, ਆਪਾਂ ਦੋ ਚਾਰ ਦਿਨਾਂ ਤੱਕ ਨਾ ਮਾਸੀ ਦੀ ਖਬਰ ਲਿਆਵਾਂਗੇ। ਅਗਲਾ ਕਹੂਗਾ ਸਾਡੀ ਤਾਂ ਕਿਸੇ ਨੇ ਹਾਲ ਚਾਲ ਵੀ ਨਹੀਂ ਪੁੱਛਿਆ। ਆਹੋ ਆਹ ਦੋ ਚਾਰ ਕੰਮ ਜੇ ਕਰਨ ਵਾਲੇ ਨੇ, ਇਹਨੂੰ ਨਿਬੇੜ ਲੈਣ ਦੇ, ਫਿਰ ਆਪਾਂ ਚੱਲ ਕੇ ਆਵਾਂਗੇ। ਚਲੋ ਠੀਕ ਹੈ। ਆਹੋ ਲਿਆ ਗਲਾਸ ਲੈ ਜਾ। ਅੱਧੀ ਰਾਤ ਨੂੰ ਤੂੰ ਕਿੱਧਰ ਤੁਰਿਆ ਫਿਰਦਾ ਗੁਰਵਿੰਦਰ, ਮੈਨੂੰ ਤਾਂ ਤੇਰੀ ਟੈਨਸ਼ਨ ਹੋਈ ਜਾਂਦੀ ਆ। ਆਹੀ ਸੋਚ ਸੋਚ ਕੇ ਨਾ ਮੈਨੂੰ ਤਾਂ ਨੀਂਦ ਵੀ ਨਹੀਂ ਆਉਂਦੀ। ਮੈਨੂੰ ਤਾਂ ਇਹੀ ਨਹੀਂ ਸਮਝ ਆਉਂਦਾ ਤੇਰਾ ਬਣੂ ਕੀ। ਉਹ ਜੋ ਬਣਨਾ ਹੋਇਆ ਬਣ ਜੂਗਾ, ਤੂੰ ਮੇਰੀ ਐਵੇਂ ਫਿਕਰ ਨਾ ਕਰਿਆ ਕਰ। ਤੇਰੇ ਚੱਕਰਾਂ 'ਚ ਨਾ ਮੈਨੂੰ ਕਿਹੜੀ ਕਿਹੜੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਤੈਨੂੰ ਕੀ ਪਤਾ। ਅੱਛਾ ਹੋਰ ਕੀ। ਵਾਹ ਵੀ ਵਾਹ, ਮੈਨੂੰ ਨਹੀਂ ਪਤਾ ਸੀਗਾ ਵੀ ਮੇਰੇ ਜਾਣ ਪਿੱਛੋਂ ਤੂੰ ਆਹ ਸਭ ਕਰਦੀ ਹੈ। ਨਹੀਂ ਜੀ, ਐਵੇਂ ਦੀ ਕੋਈ ਗੱਲ ਨਹੀਂ। ਉਹ ਬਸ ਬਸ, ਮੈਨੂੰ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ। ਪਹਿਲਾਂ ਤਾਂ ਮੈਨੂੰ ਸ਼ੱਕ ਹੀ ਸੀ, ਮੇਰਾ ਸ਼ੱਕ ਨਾ ਹੁਣ ਯਕੀਨ 'ਚ ਬਦਲ ਗਿਆ। ਤੁਸੀਂ ਮੇਰੀ ਗੱਲ ਤਾਂ ਸੁਣੋ। ਉਹ ਹੁਣ ਕੀ ਗੱਲ ਸੁਣਾ ਤੇਰੀ, ਨਾਲੇ ਸੁਣ ਸੁਣਾਉਣ ਨੂੰ ਰਹਿ ਕੀ ਗਿਆ। ਤੈਨੂੰ ਪਤਾ ਮੈਨੂੰ ਤੇਰੇ 'ਤੇ ਰੱਬ ਜਿੰਨਾ ਯਕੀਨ ਸੀਗਾ, ਪਰ ਤੂੰ ਮੇਰਾ ਯਕੀਨ ਆ ਦੋ ਪਲਾਂ 'ਚ ਹੀ ਖਤਮ ਕਰਤਾ। ਤੁਸੀਂ ਸਮਝਦੇ ਕਿਉਂ ਨਹੀਂ, ਮੈਂ ਤੁਹਾਡਾ ਕੋਈ ਯਕੀਨ ਨਹੀਂ ਤੋੜਿਆ। ਉਹ ਜੇ ਯਕੀਨ ਨਹੀਂ ਤੋੜਿਆ ਤਾਂ ਆਹ ਭੈਣ ਦਾ ਖਸਮ ਕੌਣ ਬਿਠਾ ਰੱਖਿਆ ਉਰੇ? ਛੱਡੋ ਇਹਨੂੰ। ਗੁਰਵਿੰਦਰ ਤੂੰ? ਹਾਂਜੀ ਜੀਜਾ ਜੀ ਮੈਂ। ਗੱਲ ਨਹੀਂ, ਉਹ ਕੰਮ ਤਾਂ ਹੋ ਜੂ। ਕਿੱਡੀ ਗੱਲ ਓਏ ਓਏ, ਤੈਨੂੰ ਗੱਲਾਂ ਦਾ ਪਤਾ ਲੱਗਿਆ ਉਸ ਚਾਚਾ ਹੋਇਆ ਕੀ ਆ, ਕਿਵੇਂ ਸਾਹ ਚੜਾਏ ਨੇ ਤੂੰ? ਓਏ ਗੱਲ ਉੱਡਰੀ ਹੈ ਪਿੰਡ 'ਚ, ਜਿਹੜਾ ਪਿੰਡ 'ਚ ਕਤਲ ਹੋਇਆ ਆਪਣੇ, ਤੈਨੂੰ ਉਹਦੇ ਬਾਰੇ ਪਤਾ? ਉਹ ਕਤਲ ਤਾਂ ਹੋਇਆ ਠੀਕ ਹੈ, ਪਰ ਤੈਨੂੰ ਡਰਨ ਦੀ ਕੀ ਲੋੜ ਆ? ਓਏ ਉਹ 'ਚ ਤੇਰਾ ਨਾਂ ਬੋਲ ਰਿਹਾ। ਐਂ ਕਿਵੇਂ ਨਾਂ ਬੋਲਦਾ ਜਦੋਂ ਆਪਾਂ ਕੁਛ ਕਰੀ ਨਹੀਂ ਹੈਗੇ? ਓਏ ਨਾਂ ਬੋਲ ਰਿਹਾ, ਲੋਕ ਇਕੱਠੇ ਹੋਏ ਫਿਰਦੇ ਨੇ, ਪੰਚਾਇਤ ਇਕੱਠੀ ਹੋਈ ਫਿਰਦੀ ਆ, ਫਿਰ ਹੁਣ ਆਪਾਂ ਕਰ ਵੀ ਕੀ ਸਕਦੇ ਜਦੋਂ ਆਪਾਂ ਸੱਚੇ ਆ? ਸੱਚੇ ਨਹੀਂ, ਆਟੇ ਨਾਲ ਪਲੇਥਣ ਲੱਗੇ ਨਾ। ਤੂੰ ਐਂ ਕਰ, ਤੂੰ ਦੋ ਚਾਰ ਦਿਨ ਗੋਲ ਹੋ ਜਾ, ਉਹਰਾਂ ਪਰਾਂ ਵਗ ਜਾ। ਪਰ ਹੁਣ ਮੈਂ ਜਾਊਂ ਕਿੱਥੇ? ਅੱਛਾ ਨਹੀਂ ਵਗ ਜਾ, ਚਾਰ ਦਿਨ ਇੰਨੇ ਕਲਰ ਰੈਲੀ ਪੈ ਜੂਗੀ, ਢੇਲੀ ਹੋ ਜੂਗੀ, ਕੁਛ ਤਾਂ ਬਣੂਗੀ, ਇਹਨੂੰ ਕੋਈ ਹੱਲ ਕਰਾਂਗੇ। ਉਹਦੇ ਸਾਹਮਣੇ ਸਾਰਾ ਕੁਛ ਤੂੰ ਤੂੰ ਐਂ ਕਰ ਦੋ ਚਾਹ। ਹੈਲੋ ਭੈਣੇ, ਮੈਨੂੰ ਕੰਮ ਸੀ ਤੇਰੇ ਤੱਕ ਇੱਕ। ਗੱਲ ਤਾਂ ਦੱਸ ਕੀ ਹੋਈ ਹੈ? ਉਹ ਨਾ ਭੈਣੇ ਮੈਨੂੰ ਪੁਲਿਸ ਲੱਭਦੀ ਫਿਰਦੀ ਆ, ਮੇਰਾ ਨਾ ਇੱਕ ਕਤਲ ਕੇਸ 'ਚ ਨਾਂ ਆ ਗਿਆ, ਪਰ ਤੇਰੀ ਸਹੁੰ ਲੱਗੇ ਭੈਣੇ, ਮੈਂ ਕੁਝ ਨਹੀਂ ਕੀਤਾ। ਕੋਈ ਨਹੀਂ, ਤੂੰ ਰਾਤ ਇੱਥੇ ਕੱਟ ਲਿਆ ਕਰ, ਪਰ ਤੇਰੇ ਬਾਈ ਨੂੰ ਪਤਾ ਨਾ ਲੱਗੇ। ਤੈਨੂੰ ਤਾਂ ਪਤਾ ਹੀ ਹੈ ਬਾਈ ਦਾ ਸੁਭਾਅ ਕਿੰਨਾ ਕੱਬਾ ਆ। ਪਰ ਇੱਕ ਨਾ ਇੱਕ ਦਿਨ ਤਾਂ ਸੱਚਾਈ ਦਾ ਪਤਾ ਲੱਗ ਹੀ ਜਾਣਾ। ਕੋਈ ਨਹੀਂ, ਜਦੋਂ ਗੱਲ ਪਤਾ ਲੱਗੂਗੀ ਉਦੋਂ ਦੀ ਉਦੋਂ ਵੇਖੀ ਜਾਊਗੀ। ਪਰ ਤੂੰ ਇੱਥੇ ਆ ਜਾ ਕਰ, ਰਾਤ ਕੱਟ ਲਿਆ ਕਰ, ਉਹ ਇੰਨਾ ਟੈਨਸ਼ਨ ਲਈ ਆ ਤੂੰ। ਧੰਨਵਾਦ ਭੈਣੇ ਤੇਰਾ, ਤੂੰ ਮੇਰਾ ਸਾਥ ਦਿੱਤਾ ਔਖੇ ਟਾਈਮ 'ਚ, ਦਿਨ ਦੀ ਤਾਂ ਕੋਈ ਗੱਲ ਨਹੀਂ, ਮੈਂ ਮੇਰੇ ਦੋਸਤ ਕੋਲ ਵੀ ਵਗ ਜਾ ਕਰੂੰਗਾ। ਕੋਈ ਗੱਲ ਨਹੀਂ ਵੀਰੇ, ਤੁਸੀਂ ਇੱਥੇ ਆ ਜਾਓ, ਨਾਲ ਤਾਂ ਰੋਟੀ ਪਾਣੀ ਤੁਹਾਨੂੰ ਟਾਈਮ ਸਿਰ ਮਿਲੂਗਾ। ਥੋੜ੍ਹੇ ਦਿਨਾਂ ਤੱਕ ਮੈਂ ਜਸ ਨਾਲ ਆਪੇ ਗੱਲ ਕਰ ਲਵਾਂਗੀ, ਹੈ ਨਾ, ਉਹ ਇੰਨਾ ਟੈਨਸ਼ਨ ਲਈ ਆਓ ਤੁਸੀਂ। ਚਲੋ ਠੀਕ ਹੈ ਵੀਰੇ। ਓਏ ਅੱਛਾ ਇਹ ਗੱਲ ਹੈ, ਉਹ ਤੂੰ ਫਿਰ ਮੈਨੂੰ ਕਿਉਂ ਨਹੀਂ ਦੱਸਿਆ? ਜੇ ਔਖੇ ਟਾਈਮ 'ਤੇ ਰਹਿਣਾ ਮੈਂ ਨਹੀਂ ਖੜੂੰਗਾ ਤਾਂ ਹੋਰ ਖੜੂਗਾ ਕੌਣ? ਗਲਤੀ ਤਾਂ ਦੱਸ ਮੇਰੀ ਹੈ, ਮੈਂ ਤਾਂ ਥੋੜ੍ਹੇ ਤੋਂ ਡਰਦੀ ਸੀ ਵੀ ਹੁਣੇ ਹੁਣੇ ਤਾਂ ਆਪਣਾ ਵਿਆਹ ਹੋਇਆ, ਤੁਸੀਂ ਕੀ ਸੋਚੋਗੇ ਵੀ ਕਿਹੋ ਜਿਹਾ ਪਰਿਵਾਰ ਹੈ। ਚੱਲ ਕੋਈ ਨਾ ਗੁਰਵਿੰਦਰ, ਤੂੰ ਫਿਕਰ ਨਾ ਕਰ, ਮੈਂ ਤੇਰੇ ਨਾਲ ਹਾਂ, ਪਰ ਤੂੰ ਮੈਨੂੰ ਸੱਚੀ ਸੱਚੀ ਦੱਸ ਵੀ ਇਹ ਗੱਲ ਕੀ ਹੈ, ਕਿੱਥੋਂ ਸ਼ੁਰੂ ਹੋਈ ਅਤੇ ਕਿੱਥੇ ਖਤਮ ਹੋਈ?
ਬਈ ਮੈਨੂੰ ਕੁਛ ਨਹੀਂ ਪਤਾ ਕਿੱਥੋਂ ਗੱਲ ਸ਼ੁਰੂ ਹੋਈ ਆ, ਕਿੱਥੇ ਖਤਮ ਹੋਈ ਆ, ਕਿਵੇਂ ਹੋਇਆ ਅਤੇ ਕਿਵੇਂ ਨਹੀਂ ਹੋਇਆ। ਮੈਨੂੰ ਤਾਂ ਪਤਾ ਹੀ ਨਹੀਂ ਮੇਰਾ ਕਿਸ 'ਚ ਨਾਮ ਆ ਕਿਵੇਂ ਗਿਆ। ਉਹ ਜੇ ਤੁਸੀਂ ਮੈਨੂੰ ਆਹ ਸਾਰੀ ਗੱਲ ਪਹਿਲਾਂ ਦੱਸ ਦਿੰਦੇ ਨਾ ਤਾਂ ਅੱਜ ਆ ਦਿਨ ਨਹੀਂ ਦੇਖਣ ਨੂੰ ਆਉਣਾ ਸੀਗਾ, ਨਾ ਤਾਂ ਮੈਂ ਤੇਰੀ ਭੈਣ ਨੂੰ ਪੁੱਠਾ ਬੋਲਦਾ ਅਤੇ ਨਾ ਤੈਨੂੰ ਲੁਕ ਲੁਕ ਕੇ ਰਹਿਣ ਦੀ ਲੋੜ ਪੈਂਦੀ। ਇਸ਼ ਤੁਹਾਡੀ ਕੋਈ ਗਲਤੀ ਨਹੀਂ ਹੈ, ਤੁਹਾਨੂੰ ਗਲਤ ਫਹਿਮੀ ਹੋਈ। ਇਸ਼ ਇਹਦੀ ਵੀ ਨਹੀਂ ਕੋਈ ਗਲਤੀ ਹੈਗੀ ਗੁਰਵਿੰਦਰ ਦੀ, ਸਾਰੀ ਗਲਤੀ ਤਾਂ ਮੇਰੀ ਹੈ, ਮੈਂ ਹੀ ਨਹੀਂ ਦੱਸਿਆ ਹੈਗਾ ਤੁਹਾਨੂੰ। ਇਹਨੇ ਤਾਂ ਮੈਨੂੰ ਕਿੰਨੀ ਵਾਰੀ ਕਿਹਾ ਵੀ ਜਸ ਨੂੰ ਦੱਸ ਦੇ ਦੱਸ ਦੇ, ਮੇਰੇ ਕੋਲੋਂ ਹੀ ਨਹੀਂ ਹਿੰਮਤ ਹੋਈ ਕਿਉਂਕਿ ਮੈਂ ਡਰਦੀ ਸੀ ਵੀ ਪਤਾ ਨਹੀਂ ਤੁਸੀਂ ਕੀ ਸੋਚੋਗੇ, ਮੇਰੀ ਗੱਲ ਦਾ ਯਕੀਨ ਨਾ ਕਰਕੇ ਸ਼ਾਇਦ ਮੈਨੂੰ ਘਰ ਤੋਂ ਬਾਹਰ ਹੀ ਨਾ ਕੱਢ ਦਿਓ ਕਿ ਮੇਰਾ ਭਰਾ ਇੱਕ ਕਾਤਲ ਆ। ਉਹ ਲੈ ਅੱਜ ਨਹੀਂ ਸਮਝਿਆ ਹੈਗਾ, ਉਹ ਨਾਲੇ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੱਸਣਾ ਜ਼ਰੂਰੀ ਹੈਗਾ। ਮੈਂ ਹੁਣ ਵੀ ਸਮਝ ਹੀ ਗਿਆ। ਅਸਲ 'ਚ ਬਈ ਸਾਡੇ ਦੋਵਾਂ ਦੀ ਉਹ ਗਲਤੀ ਆ। ਪਲੀਜ਼ ਤੁਸੀਂ ਮੇਰੇ ਭਰਾ ਨੂੰ ਬਚਾ ਲਓ, ਇਹਨੇ ਕੁਛ ਵੀ ਨਹੀਂ ਕਰਿਆ ਹੈਗਾ, ਬੇਵਜ੍ਹਾ ਇਲਜ਼ਾਮ ਲਾਇਆ ਜਾ ਰਿਹਾ ਵਿਚਾਰੇ 'ਤੇ। ਮੈਂ ਤੁਹਾਡਾ ਇਹਸਾਨ ਕਦੇ ਨਹੀਂ ਭੁੱਲ ਸਕਦੀ ਹੈਗੀ ਜੇ ਤੁਸੀਂ ਮੇਰੇ ਭਰਾ ਨੂੰ ਬਚਾ ਲਓਗੇ। ਕੋਈ ਗੱਲ ਨਹੀਂ, ਤੁਸੀਂ ਫਿਕਰ ਨਾ ਕਰੋ, ਜਿਹੜੀ ਬਣਦੀ ਕਾਰਵਾਈ ਹੋਈ ਆਪਾਂ ਜ਼ਰੂਰ ਕਰਾਂਗੇ, ਠੀਕ ਹੈ। ਜਿਹੜੀ ਇਹ ਗੁੱਥੀ ਉਲਝੀ ਹੋਈ ਹੈ ਨਾ, ਆਪਾਂ ਇਹਨੂੰ ਜ਼ਰੂਰ ਸਮਝਾਵਾਂਗੇ, ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿ ਕੇ ਆਪਾਂ ਇਹ ਕੇਸ ਨੂੰ ਸੋਲਵ ਕਰਾਂਗੇ। ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਨਾਲ ਹਾਂ, ਠੀਕ ਹੈ। ਅਤੇ ਸਾਡੇ ਦੋਸਤਾਂ ਮਿੱਤਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਜਦੋਂ ਤੁਹਾਡੇ ਨਾਲ ਕੋਈ ਵੀ ਘਟਨਾ ਵਾਪਰਦੀ ਹੈ, ਕੋਈ ਤੁਹਾਨੂੰ ਤੰਗ ਕਰਦਾ, ਹਰੈਸਮੈਂਟ ਕਰਦਾ, ਤੁਹਾਨੂੰ ਕੋਈ ਬਲੈਕਮੇਲ ਕਰਦਾ, ਤਾਂ ਬੇਨਤੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰ ਨਾਲ ਗੱਲ ਸ਼ੇਅਰ ਕਰਨੀ ਹੈ, ਕਿਉਂਕਿ ਜਿਹੜਾ ਤੁਹਾਡਾ ਪਰਿਵਾਰ ਹੈ ਉਹੀ ਤੁਹਾਡਾ ਸੱਚਾ ਦੋਸਤ ਹੁੰਦਾ ਹੈਗਾ, ਠੀਕ ਹੈ। ਕਿਸੇ ਵੀ ਐਰੇ ਗੈਰੇ ਨੂੰ ਦੱਸਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਜ਼ਰੂਰ ਦੱਸੋ ਤਾਂ ਕਿ ਤੁਹਾਡਾ ਜਿਹੜਾ ਮਸਲਾ ਉਹ ਛੇਤੀ ਤੋਂ ਛੇਤੀ ਹੱਲ ਹੋ ਸਕੇ। ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹਾਂਜੀ, ਅਤੇ ਜੇ ਇਹ ਵੀਡੀਓ ਤੁਸੀਂ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਸਾਡਾ ਫੇਸਬੁੱਕ ਪੇਜ ਫੋਲੋ ਜ਼ਰੂਰ ਕਰ ਦਿਓ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।